ਬਲਦੇਵ ਸਿੰਘ ਪੁਲਿਸ ਪਾਰਟੀ ਸਮੇਤ ਨਾਕੇ 'ਤੇ ਖੜਾ ਸੀ ਮਲੋਟ ਰੋਡ 'ਤੇ। ਉੱਥੇ ਕਿਸੇ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਵੀ ਮਲੋਟ ਰੋਡ ਦੇ ਉੱਤੇ ਦੇ ਤੋਂ ਬਾਈਪਾਸ 'ਤੇ ਜਿਹੜੇ ਬਠਿੰਡੇ ਨੂੰ ਜਾਂਦੇ ਆ ਨਾ, ਉੱਥੇ ਕੱਸੀ ਦੇ ਉੱਤੇ ਇੱਕ ਦੁਕਾਨ ਦੇ ਵਿੱਚ ਵਿੱਕੀ ਨੇ ਸਪਾ ਸੈਂਟਰ ਬਣਾਇਆ, ਪਰ ਉੱਥੇ ਸਪਾ ਸੈਂਟਰ ਦੀ ਆੜ 'ਤੇ ਦੋ ਨੰਬਰ ਦਾ ਉਹ ਧੰਦਾ ਚਲਾਉਂਦਾ, ਜਿੱਥੇ ਉੱਥੇ ਸਾਰਾ ਕੁਝ ਵੇਖ ਕੇ ਮਤਲਬ ਗਾਹਕ ਭੇਜ ਕੇ ਕਰਕੇ ਸਾਰਾ ਕੁਛ। ਉੱਥੋਂ ਆਪਾਂ ਮਤਲਬ ਇੰਸਪੈਕਟਰ ਜਸਵੀਰ ਸਿੰਘ ਦੀ ਹਾਜ਼ਰੀ ਦੇ ਵਿੱਚ ਚਾਰ ਲੇਡੀਜ਼ ਹੈ ਅਤੇ ਤਿੰਨ ਜੈਂਟਸ ਆ, ਇੱਕ ਜਿਹਦੇ 'ਚੋਂ ਵੀ ਕੀ ਆ ਆਪਾਂ ਖੁਦ ਉਹ ਆਪਾਂ ਗ੍ਰਿਫਤਾਰ ਕੀਤੇ ਸੀਗੇ। ਗ੍ਰਿਫਤਾਰ ਤੋਂ ਕਰਨ ਤੋਂ ਬਾਅਦ ਇਹਨਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ। ਉਹ ਦੱਸਦੇ ਆ ਵੀ ਉਹ ਥਾਈਲੈਂਡ ਦੀ ਹੈ, ਜੋ ਮਤਲਬ ਆਪਦਾ ਨਾਂ ਲਿਖਾਉਂਦੀ ਹੈ ਨਾ ਉਹ ਥਾਈਲੈਂਡ ਲਿਖਾਉਂਦੀ। ਇਹਨੇ ਜਿਹੜੀਆਂ ਲੇਡੀਜ਼ ਆ ਉਹ ਬਠਿੰਡੇ ਜੇਲ੍ਹ 'ਚ ਭੇਜੀਆਂ ਜੀ, ਅਤੇ ਜਿਹੜੇ ਜੈਂਟਸ ਆ ਉਹ ਆਪਣੇ ਭੇਜੇ ਆ ਬੂੜਾ ਗੁੱਜਰ ਜੇਲ੍ਹ 'ਚ।